वाहिगुरु जी का खालसा, वाहिगुरु जी की फतेह। हाँ जी, मैं हरप्रीत कौर, साढ़े चैनल बहुत बहुत स्वागत है जी। हाँ जी, अज की वीडियो सुन दिखावे पिछले पहर के काम बाद पहर तो कम। चलो जी, आप सवेरे अज कम बहुत सीगा जी, मैं कबेला हो गया ताकि सन्नी मैं सवेरे ही करती सी। हूँ आप सन्नी तो मझा बन के बाद वाले काम करांगे। चलो जी, अपने इन्हें सब्जी रखी पे, मैं सब्जी से कट सी फेर के जानी आ उन्हें अपनी सब्जी जाऊगी बाण। चलो जी, आप फिर चलते मझा करनी। हाँ जी, पहला आप नीके कट्टर बनना, क्योंकि जी ये फिर बाहर गेड़े देंगे ने, तो आप इन्हों पहला खोली तो बन के बाद बना आप मझा। ये तंग बहुत करते हैं इस करके, तो इन्हों पहला बनने बनते हैं। हाँ जी, हूँ आप बनना के अंदर दुध वाली मझा। एक मज लिया जी होर आप अंदर, पहला आप बन दी है छोटी, फिर आप बननी है दूजी मझ, तो हूँ आप बनते हैं दूजी मझ। हाँ जी, आ मझ गेड़े बहुत दिंदी है जी, इन्हू दो बाल पा के बनना पैंदा, तां करके मसां खुली है जी। तो जिहड़ी आपां पहला मझ बनी आ बार इधर बार बड़ी खोली, तो यह अपनी मझ जी छून वाली है। बस दिन पूरे हो गए, एक अद्धा दिन ही लगेगा जी। हुण ये मझ अपनी छून वाली है जी। हाँ जी, आप हम बन रहे हैं गाय, ये बहुत काली करती है जी, कख खाण अद्धे 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 घंटे बाद हूँ पानी काहल करूँ, ये तड़ाउन लग जाने छेती, भी मैं छेती हूँ कखा ते बनो, हूँ मैं पानी पियाओ, ये बच्चे वांगू रौला भी पाँदी है वध। दे दो देखिए। हाँ जी, आप मझा बन दिखा ने, हूँ आप छड़ते हैं जी गोहा, क्योंकि गोहा जी तीन बारी घर पशु खड़े होने, तीन बारी सीटना पैंता अपन, बहर अपने पशु नहीं जाते,
ਤੇ ਹੁਣ ਆਪਾਂ ਸਿੱਟਾਂਗੇ ਗੋਹਾ, ਗੋਹਾ ਸਿੱਟ ਕੇ ਆਪਾਂ ਇਹਨਾਂ ਇੱਥੇ ਗੇੜੇ ਬਹੁਤ ਦਿੰਦੇ ਨੇ ਜੀ, ਫਿਰ ਆਪਾਂ ਜਾਂ ਫਾਵੜੇ ਜਾਂ ਕਹੀ ਨਾਲ ਆਪਾਂ ਇਹਨਾਂ ਦੇ ਟੋਏ ਵੀ ਠੀਕ ਕਰਦੇ ਹਾਂ, ਫਿਰ ਸੂਣ ਵਾਲੀਆਂ ਮੱਝਾਂ ਨੇ ਜੀ ਉੱਚੇ ਨੀਵੇਂ ਥਾਵੇਂ ਠੀਕ ਨਹੀਂ ਅਤੇ ਇੱਕ ਸਾਰ ਥਾਵੇਂ ਬੈਠੀਆਂ ਰਹਿੰਦੀਆਂ ਨੇ। ਹਾਂਜੀ ਸਰਦਾਰ ਜੀ ਗਏ ਹੋਏ ਨੇ ਖੇਤ ਕੰਮ ਕਰਨ, ਆਪਾਂ ਗੋਹਾ ਸਿੱਟਦਿਆਂ 'ਚ ਰਹਿੰਦਾ ਟੋਕਾ ਕਰਨ ਵਾਲਾ, ਆ ਕੇ ਕਰ ਦੇਣਗੇ ਟੋਕਾ ਹੀ ਨਹੀਂ, ਇੰਜਣ ਮੈਥੋਂ ਚੱਲਦਾ ਨਹੀਂ, ਪਹਿਲਾਂ ਵਾਲਾ ਇੰਜਣ ਤਾਂ ਜਿਵੇਂ ਚਲਾ ਲੈਂਦੀ ਸੀ ਕਿਉਂਕਿ ਉਹ ਹੌਲਾ ਸੀ, ਇਹ ਭਾਰੀ ਹੈ ਥੋੜ੍ਹਾ ਜਿਹਾ, ਮੈਥੋਂ ਚੱਲਦਾ ਨਹੀਂ, ਟੋਕਾ ਤਾਂ ਆਪ ਹੀ ਕਰਨਗੇ, ਆ ਕੇ ਆਪਾਂ ਗੋਹਾ ਸਿੱਟ ਲਾਂਗੇ ਹੋਰ ਕੰਮ ਕਰ ਲਾਂਗੇ, ਆਪਣੇ ਕਰਨ ਵਾਲੇ ਬਹੁਤ ਕੰਮ ਨੇ ਜੀ, ਚਲ ਆ ਕੇ ਕਰ ਦੇਣਗੇ ਸਰਦਾਰ ਜੀ ਟੋਕਾ, ਆਪਾਂ ਸਿੱਟ ਕੇ ਗੋਹਾ ਆਪਣਾ ਹੋਰ ਅਗਲਾ ਕੰਮ ਕਰਦੇ ਹਾਂ ਜੀ। ਹਾਂਜੀ ਗੋਹਾ ਆਪਾਂ ਸਿੱਟ ਲਿਆ ਅਤੇ ਮੱਝ ਆਪਣੀ ਗੇੜੇ ਬਹੁਤ ਦਿੰਦੀ ਹੈ ਜੀ, ਇਹ ਪਾਲਾਂ ਦੇ ਆਪਦੇ ਥੱਲੇ ਟੋਏ, ਆਪਾਂ ਨੂੰ ਰੋਜ਼ ਫਿਰ ਕਹੀ ਨਾਲ ਟੋਏ ਵੀ ਠੀਕ ਕਰਨੇ ਪੈਂਦੇ ਨੇ, ਦੂਜੀ ਮੱਝ ਆਪਣੀ ਸੂਣ ਵਾਲੀ ਜਿਹੜੀ ਉਹਦੇ ਥੱਲੇ ਵੀ ਰੋਜ਼ ਆਪਾਂ ਨੂੰ ਮਿੱਟੀ ਨਾਲ ਇੱਕ ਸਾਰ ਥੱਲੇ ਥਾਂ ਕਰਨਾ ਪੈਂਦਾ, ਕਿ ਸੂਣ ਵਾਲੀ ਕਰਕੇ ਫਿਰ ਇੱਕ ਸਾਰ ਥਾਵੇਂ ਬੰਨਦੇ ਹਾਂ ਉਹਨੂੰ, ਆਪਾਂ ਉੱਚੇ ਨੀਵੇਂ ਥਾਵੇਂ ਜੀ ਭਾਰ ਪੈਣ ਦਾ ਡਰ ਰਹਿੰਦਾ,
ਚਲੋ ਜੀ ਆਪਾਂ ਟੋਏ ਠੀਕ ਕਰਦੇ ਹਾਂ, ਸਾਫ ਕਰਦੇ ਹਾਂ ਮੱਝਾਂ ਥੱਲੋਂ ਕਹੀ ਨਾਲ। ਹਾਂਜੀ ਆਪਾਂ ਮੱਝਾਂ ਥੱਲੇ ਫਰਸ਼ ਆਪਾਂ ਨਹੀਂ ਲਾਇਆ ਕਿਉਂਕਿ ਕੱਚੇ ਥਾਂ ਵਰਗੀ ਰੀਸ ਨਹੀਂ ਹੈਗੀ ਜੀ। ਕੱਚੇ ਥਾਵੇਂ ਮੱਝਾਂ ਵਧੀਆ ਬਹਿ ਜਾਂਦੀਆਂ ਨੇ, ਸੌਖੀਆਂ ਪੱਕੇ ਥਾਵੇਂ ਬਹੁਤ ਔਖੀਆਂ ਬਹਿੰਦੀਆਂ ਨੇ ਜੀ। ਮੈਟਾਂ ਦਾ ਵੀ ਬਹੁਤ ਔਖਾ ਜੀ, ਮੈਟ ਵੀ ਬਹੁਤ ਔਖੇ ਨੇ ਰੋਜ਼ ਸਾਫ਼ ਕਰਨੇ, ਇਸ ਕਰਕੇ ਆਪਾਂ ਫਰਸ਼ ਨਹੀਂ ਲਾਇਆ ਅਤੇ ਆਪਾਂ ਮੈਟ ਨਹੀਂ ਲਿਆਂਦੇ ਵੀ ਆਪਾਂ ਕੱਚੇ ਥਾਵੇਂ ਮੱਝਾਂ ਰੱਖਾਂਗੇ। ਕੱਚੇ ਥਾਵੇਂ ਮੱਝਾਂ ਬਹੁਤ ਸੌਖੀਆਂ ਰਹਿੰਦੀਆਂ ਨੇ, ਨਾ ਤਾਂ ਜੀ ਥਣ ਖਰਾਬ ਹੁੰਦੇ ਨੇ ਨੇ ਪੋਲੇ ਥਾਵੇਂ ਬਹਿ ਜਾਂਦੇ ਨੇ। ਪੱਕੇ ਥਾਵੇਂ ਜੀ ਮੱਝਾਂ ਦੇ ਥਣ ਵੀ ਵਾਧੂ ਖਰਾਬ ਹੁੰਦੇ ਨੇ। ਪੱਕੇ ਥਾਵੇਂ ਜੀ ਆਪਣਾ ਇੱਧਰ ਅੰਦਰਲਾ ਵਰਾਂਡਾ ਪੱਕਾ ਹੈ, ਇੱਥੇ ਆਪਾਂ ਖਾਣ ਕੱਖ ਖਾਣ ਵੇਲੇ ਹੀ ਬੰਨਦੇ ਹਾਂ ਇਹਨਾਂ ਨੂੰ। ਆਪਣੇ ਕੱਚੇ ਵਰਾਂਡੇ 'ਚ ਵੱਧ ਮੱਝਾਂ ਰਹਿੰਦੀਆਂ ਨੇ ਜੀ, ਪੱਕੇ ਥਾਵੇਂ ਥਣ ਖਰਾਬ ਹੋ ਜਾਂਦੇ ਨੇ, ਇਸ ਕਰਕੇ ਆਪਾਂ ਬਾਹਰਲੇ ਵਰਾਂਡੇ ਵਿੱਚ ਫਰਸ਼ ਨਹੀਂ ਲਾਇਆ। ਹਾਂਜੀ ਆਪਾਂ ਨੇ ਮੱਝਾਂ ਵੀ ਬੰਨਤੀਆਂ, ਗੋਹਾ ਵੀ ਸਿੱਟ ਲਿਆ ਅਤੇ ਸਾਰਾ ਸਾਫ਼ ਸਫਾਈ ਵੀ ਕਰ ਲਿਆ। ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ, ਅੱਜ ਦੀ ਵੀਡੀਓ 'ਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।